ਕਰੀ ਆ ਕਰੀਦੀ ਆ ਕਰੀਦੀ ਆ ਰੋਜ਼ ਕਰੀਦੀ, ਤੁਸੀਂ ਵੀ ਕਰੋ ਤੁਸੀਂ। ਕੀ ਹੈ ਕੀ ਹੈ? ਰੋਟੀ ਹੈ ਰੋਟੀ ਹੈ ਰੋਟੀ ਹੈ। ਗੁੱਡ ਮਾਰਨਿੰਗ। ਕੀ ਹੈ ਕੀ ਹੈ? ਜਵਾਨੀ ਹੈ ਜਵਾਨੀ ਹੈ। ਸਿੱਪੀ ਹੈ ਮੇਰੇ ਕੋਲ। ਸਿੱਪੀ ਹੈ ਸਿੱਪੀ ਹੈ ਕੀ ਹੈ ਕੀ ਹੈ? ਨਵੰਬਰ 'ਚ ਕਣਕ ਕਾਹਤੋਂ ਬੀਜੀ ਜਾਣੀ ਜੀ ਦੱਸੋ। ਜਿਹੜਾ ਦਸੰਬਰ ਦਾ ਜਿਹੜਾ ਤੋਰਾ ਪੈਂਦਾ ਨਾ ਇਹਨਾਂ ਦੇ, ਤੋਰਾ ਕਣਕਾਂ ਤੋਂ ਬਹੁਤ ਚੰਗਾ ਹੁੰਦਾ, ਅਤੇ ਇਸ ਕਰਕੇ ਨਵੰਬਰ 'ਚ ਬੀਜ ਦੇਣੀ ਚਾਹੀਦੀ ਹੈ। ਪਹਿਲਾਂ ਬੀਜਣੀ ਚਾਹੀਦੀ ਉਹ ਆਉਣ ਤੋਂ ਪਹਿਲਾਂ। ਆ ਗਿਆ ਅੱਜ ਸਕੂਲ ਨਹੀਂ ਗਿਆ? ਚਿਲਡਰਨ ਡੇ ਤਾਂ ਨਹੀਂ ਗਿਆ ਤੂੰ ਫਿਰ? ਹਾਂਜੀ ਗਾਇਸ, ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ 'ਤੇ। ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ। ਸੋ ਗਾਇਸ, ਆਪਾਂ ਗੱਲ ਕਰਦੇ ਹਾਂ ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਦੀ। ਸੋ ਗਾਇਸ, ਜਿੱਦਾਂ ਕਿ ਤੁਹਾਨੂੰ ਪਤਾ ਹੋਣਾ, ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ 'ਤੇ। ਸੋ ਗਾਇਸ, ਜਿੱਦਾਂ ਕਿ ਉਹਨਾਂ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ 'ਤੇ। ਸੋ ਗਾਇਸ, ਆਓ ਤੁਹਾਨੂੰ ਦਿਖਾਉਂਦੇ ਸਟੋਰੀ। ਗਾਇਸ, ਵੀਡੀਓ ਨੂੰ ਐਡ ਤੱਕ ਜ਼ਰੂਰ ਦੇਖਿਓ। ਕੀ ਆ ਕੀ ਆ? ਸੈਰੀ ਆ ਸੈਰੀ ਆ ਕਰੀਦੀ ਆ ਕਰੀਦੀ ਆ ਰੋਜ਼ ਕਰੀਦੀ, ਤੁਸੀਂ ਵੀ ਕਰੋ ਤੁਸੀਂ ਵੀ ਕਰੋ। ਗੁੱਡ ਮਾਰਨਿੰਗ ਗੁੱਡ ਮਾਰਨਿੰਗ ਆ। ਕੀ ਹੈ ਕੀ ਹੈ? ਰੋਟੀ ਹੈ ਰੋਟੀ ਹੈ ਰੋਟੀ ਹੈ। ਗੁੱਡ ਮਾਰਨਿੰਗ ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਜੀ? ਨਹੀਂ, ਇਹ ਜਵਾਨ ਹੈ ਤੁਹਾਡੀ? ਕੀ ਹੈ ਕੀ ਹੈ? ਜਵਾਨੀ ਹੈ ਜਵਾਨੀ ਹੈ। ਸਿੱਪੀ ਹੈ ਮੇਰੇ ਕੋਲ। ਸਿੱਪੀ ਹੈ ਸਿੱਪੀ ਹੈ ਕੀ ਹੈ ਕੀ ਹੈ? ਸਿੱਪੀ ਹੈ ਕੀ ਤੋਂ ਸਿੱਖ ਲਿਆ ਹੁਣ? ਕੀ ਹੈ ਕੀ ਹੈ ਕੀ ਹੈ ਕੀ ਹੈ ਕਰਨਾ? ਨਵੇਂ ਤੋਂ ਨਵੇਂ ਆ ਜਾਂਦੇ ਭਾਜਣ ਦੇਣ ਲਈ। ਗੁੱਡ ਮਾਰਨਿੰਗ। ਮੋਟਾ ਦੱਸਣ ਲੱਗਾ, ਨਵੰਬਰ 'ਚ ਕਣਕ ਕਾਹਤੋਂ ਬੀਜੀ ਜਾਣੀ ਜੀ ਦੱਸੋ। ਜਿਹੜਾ ਦਸੰਬਰ ਦਾ ਜਿਹੜਾ ਤੋਰਾ ਪੈਂਦਾ ਨਾ ਇਹਨਾਂ ਦੇ, ਤੋਰਾ ਕਣਕਾਂ ਤੋਂ ਬਹੁਤ ਚੰਗਾ ਹੁੰਦਾ, ਅਤੇ ਇਸ ਕਰਕੇ ਨਵੰਬਰ 'ਚ ਬੀਜ ਦੇਣੀ ਚਾਹੀਦੀ ਹੈ। ਪਹਿਲਾਂ ਬੀਜਣੀ ਚਾਹੀਦੀ ਉਹ ਆਉਣ ਤੋਂ ਪਹਿਲਾਂ। ਆਹ ਹੁਣ ਜਿਵੇਂ ਧੁੰਦਾਂ ਇਹ ਧੂੰ ਆਉਣੀਆਂ ਚੱਲ ਧੁੰਦਾਂ, ਉਹ ਜਿਹੜੀਆਂ ਗਾਂਹ ਵਾਲੀਆਂ ਧੁੰਦਾਂ ਆਉਣੀਆਂ ਉਹ 'ਚ ਕਣਕ ਨੂੰ ਜ਼ਿਆਦਾ ਉਹ ਮਿਲਦਾ ਕੁਦਰਤੀ ਨੈਚੁਰਲ। ਦਸੰਬਰ ਦੇ ਵਿੱਚ ਮਤਲਬ ਆਪਦੀ ਪੂਰਤੀ ਉੱਤੋਂ ਕਰ ਲੈਂਦੀ ਉਹ? ਨਹੀਂ ਨਹੀਂ ਪੂਰਤੀ ਨਹੀਂ, ਭਲਾ ਨਾ ਖੁਰਾਕ ਤਾਂ ਪਾਉਣੀ ਪੈਂਦੀ ਹੈ ਆਪਾਂ ਨੂੰ, ਪਰ ਉਹ ਬਹੁਤ ਇਹਦੇ ਲਈ ਲਾਹੇਵੰਦ ਹੁੰਦੀ। ਸਿਆਲਾ ਦੀ ਠੰਡ ਜਿਹੜੀ ਹੁੰਦੀ ਨਾ, ਕੋਰਾ ਹੁੰਦਾ ਜਿਹੜਾ, ਉਹ ਬਾਹਲਾ ਵਧੀਆ ਹੁੰਦਾ ਇਹਦੇ ਕਣਕ ਨੂੰ, ਤਾਂ ਪਹਿਲਾਂ ਬੀਜਣੀ ਚਾਹੀਦੀ। ਤਾਂ ਲੋਕੀ ਰੋਂਦੇ ਆ ਵੀ ਛੇਤੀ ਤੋਂ ਛੇਤੀ ਕਣਕ ਬੀਜੀ ਹੋਵੇ, ਅਗੇਤੀ ਕਣਕ ਹਮੇਸ਼ਾ ਤਾਂ ਹੀ ਜ਼ਿਆਦਾ ਝਾੜ ਦਿੰਦੀ ਹੈ ਵੀ ਕਿਉਂਕਿ ਪਹਿਲਾਂ ਬੀਜੀ ਹੁੰਦੀ ਹੈ, ਜਿੰਨੀ ਲੇਟ ਹੋ ਜੇ ਕਣਕ ਓਨਾ ਹੀ ਉਹਨੂੰ ਕੰਮ ਡਾਵਾਂ ਡੋਲ ਹੋ ਜਾਂਦਾ। ਹਾਂ ਵੀ ਆ ਗਿਆ, ਅੱਜ ਸਕੂਲ ਨਹੀਂ ਗਿਆ? ਚਿਲਡਰਨ ਡੇ ਦੇ ਤਾਂ ਨਹੀਂ ਗਿਆ ਤੂੰ ਫਿਰ? ਲਓ ਜੀ, ਅੱਜ ਇੱਕ ਬੁੱਕ ਮਿਲੀ ਆ ਬਹੁਤ ਹੀ ਘੈਂਟ, ਅਤੇ ਕੁੜੀ ਦੀ ਲਿਖੀ ਹੋਈ ਆ, ਅਤੇ ਮਨਦੀਪ ਕੌਰ ਔਲਖ ਮਾੜੀ ਜੀ ਆਪਾਂ ਨਾ ਇਹਦੀ ਤੁਹਾਨੂੰ ਕੁਛ ਕੁ ਲੈਣਾ ਪੜ੍ਹਾਉਂਦੇ ਹਾਂ। ਇਹ ਹੈਗਾ ਜਦ ਤੁਸੀਂ ਚੈੱਕ ਕਰੋ ਅਤੇ ਦੱਸਿਓ ਕਿੱਦਾਂ ਲੱਗੀ ਆ, ਅਤੇ ਫਿਰ ਕਿੱਦਾਂ ਔਡਰ ਕਰਨੀ ਆ ਇਹ ਮੈਂ ਦੱਸੂ ਤੁਹਾਨੂੰ, ਅਤੇ ਕਿੱਥੋਂ ਮੰਗਾਉਣੀ ਆ ਸਭ ਦੱਸੂਗਾ। ਹਾਂਜੀ ਗਾਇਸ, ਤੁਸੀਂ ਦੇਖ ਹੀ ਲਓ ਸਟੋਰੀ ਗਾਇਸ। ਬਾਕੀ ਗਾਇਸ, ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।